पंजाब के सरहिंद से युवा किसानों, खिलाड़ियों एवं किसानों के बच्चों का ग्रुप दिल्ली किसान आंदोलन के लिए रवाना हुआ है। आपको बता दें कि ये लोग टॉर्च ऑफ यूनिटी अभियान के तहत दिल्ली के लिए रवाना हुए हैं। इनमें विदेशों में रह रहे पंजाब के युवा भी शामिल रहे। आपको बता दें कि ये जत्था दिल्ली में सिंघू बॉर्डर पर पहुंचेगा और किसान आंदोलन का समर्थन करेगा। आज यहां करनाल में पहुंचने पर जत्थे में शामिल युवा किसानों ने मीडिया को बताया कि हमारा जत्था सरहिंद पंजाब से चला है और रास्ते में लोगों को किसान आंदोलन के बारे में जागरूक करते हुए एवं अन्य वर्गों के लोगों को भी अपने साथ जोड़ते हुए आगे बढ़ रहा है। उन्होंने कहा कि इस आंदोलन से अब सिर्फ किसान ही नहीं, हर वर्ग जुड़ रहा है, जिसमें देश विदेश में रह रहे किसानों के बच्चे, खिलाड़ी व अन्य वर्ग, मजदूर, व्यापारी भी इस आंदोलन के साथ जुड़ चुके हैं और ये एक जन आंदोलन बन चुका है। उन्होंने कहा कि हमारा उद्देश्य है कि पैदल दिल्ली की तरफ जाते हुए रास्ते में जो भी लोग हमारे संपर्क में आते हैं, उनको किसानों के साथ हो रही ज्यादती के बारे में अवगत कराया जा सके। वहीं उन्होंने कहा कि प्रधानमंत्री नरेंद्र मोदी से आह्वान किया जाता है कि किसानों के हितों को देखते हुए कृषि के क्षेत्र में लाए गए 3 नए कानूनों को वापस लिया जाए। उन्होंने कहा कि खेतीबाड़ी से हर वर्ग का जुड़ाव होता है, जिसमें मजदूर वर्ग भी किसानों के साथ जुड़ा होता है, छोटे दुकानदार भी किसानों के साथ जुड़े होते हैं, इसलिए एकता की मशाल जलाते हुए वह एक पौधा लेकर चले हैं जिसको सिंघू बॉर्डर पर लगाया जाएगा और आंदोलन को और तेज करने का आह्वान किया जाएगा ताकि किसान आंदोलन की जो आग है वह ठंडी ना हो सके। ਅਸੀਂ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਕੱਲ੍ਹ ਦੇ ਚੱਲੇ ਹੋਏ ਹਾਂ। ਅਸੀਂ ਰਾਹ ਦੇ ਵਿੱਚ ਸ਼ਾਹਬਾਦ ਤੋਂ ਅੱਗੇ ਧਨੇਸਰ ਹਵੇਲੀ ਰੁਕੇ ਸੀਗੇ, ਅੱਜ ਅਸੀਂ ਅੱਗੇ ਤੱਕ ਜਾਣਾ ਹੈਗਾ ਅਤੇ ਕੱਲ੍ਹ ਸਾਡਾ ਉੱਥੇ ਸਿੰਘੂ ਬਾਰਡਰ ਤੱਕ ਜਾਣ ਦਾ ਪ੍ਰੋਗਰਾਮ ਹੈਗਾ। ਟੂ ਸਪੋਰਟ ਆਵਰ ਫਾਰਮਰਸ, ਉਹਨਾਂ ਨੂੰ ਮੋਢੇ ਦੇ ਨਾਲ ਮੋਢਾ ਲਾ ਕੇ ਸਹਾਰਾ ਦੇਣ ਲਈ, ਕਿੰਨੇ ਮਹੀਨਿਆਂ ਤੋਂ ਉੱਥੇ ਬੈਠੇ ਹੈ, ਅਸੀਂ ਉਹਨਾਂ ਨੂੰ ਸਪੋਰਟ ਕਰਨ ਲਈ ਆਏ ਹਾਂ ਅਤੇ ਇੱਕ ਆਪਣੇ ਪ੍ਰੋਟੈਸਟ ਹੈ ਸਾਡਾ, ਇੱਕ ਅਸੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਵੀ ਉਹ ਕਾਲੇ ਕਾਨੂੰਨ ਵਾਪਸ ਲੈਣ। ਬਿਲਕੁਲ ਜੀ, ਬੱਚਿਆਂ ਨਾਲ ਸਟਾਰਟ ਕੀਤਾ ਸੀ ਅਸੀਂ। ਆਹ ਵੇਖੋ, ਤੁਸੀਂ ਦੇਖ ਸਕਦੇ ਹੋ ਕੁੜੀਆਂ ਆਈਆਂ ਨੇ, ਕੁੜੀਆਂ ਨੂੰ ਤੁਸੀਂ ਦੇਖ ਸਕਦੇ ਹੋ ਕੁੜੀਆਂ ਦੇ ਵਿੱਚ ਕਿੰਨਾ ਵੱਡਾ ਜਜ਼ਬਾ ਨੇ, ਭੱਜਦੀਆਂ ਆ ਰਹੀਆਂ ਨੇ, ਕੱਲ੍ਹ ਤੋਂ ਨੌਨ ਸਟੋਪ ਭੱਜੀਆਂ ਨੇ, ਬਜ਼ੁਰਗ ਭੱਜੇ ਹੈ, ਕੱਲ੍ਹ 64 ਈਅਰ ਦੇ ਮਿਸਟਰ ਸ਼ਮਸ਼ੇਰ ਸਿੰਘ ਭੱਜੇ ਸੀਗੇ, ਗਰਲਸ ਭੱਜ ਰਹੀਆਂ ਨੇ, ਨੌਨ ਸਟੋਪ ਰਿਲੇ ਰਨ ਹੈ ਜਿਹਦਾ ਮੋਟੋ ਹੈਗਾ ਟੌਰਚ ਆਫ ਯੂਨਿਟੀ, ਇਕੱਠੇ ਲੜਾਂਗੇ ਇਕੱਠੇ ਜਿੱਤਾਂਗੇ। ਸੋ ਟੂ ਯੂਨਾਈਟ ਐਵਰੀ ਵਨ ਫੋਰ ਅ ਕੌਜ਼ ਇਜ਼ ਦ ਪਰਪਸ ਆਫ ਆਵਰ ਪ੍ਰੋਟੈਸਟ। ਅਸੀਂ ਤਾਂ ਮੇਰੇ ਸੋਚਣਾ ਤਾਂ ਇਹੀ ਹੈ ਪਰਸਨਲੀ, ਇਹਦਾ ਰਿਜ਼ਲਟਸ ਆਉਣਗੇ, ਟਾਈਮ ਲੱਗ ਸਕਦਾ, ਪਰ ਦੇਖੋ ਇੰਨੀ ਵੱਡੀ ਰੈਵੋਲਿਊਸ਼ਨ ਹੋ ਗਈ ਹੈ, ਮੇਰੇ ਖਿਆਲ ਨਾਲ ਪਿਛਲੇ 50 ਈਅਰਸ ਤੋਂ ਬਾਅਦ ਇੰਨਾ ਵੱਡੀ ਰੈਵੋਲਿਊਸ਼ਨ ਜਿਹੜੀ ਆਲ ਅਰਾਊਂਡ ਵਰਲਡ ਗੈਦਰ ਹੋ ਗਈ ਹੈਗੀ ਹੈ, ਅਮੈਰੀਕਾ ਤੋਂ ਲੈ ਕੇ ਪੰਜਾਬ ਦੇ ਕਹਿ ਲਓ ਵੀ ਈਸੇ ਵਾਲ ਪਿੰਡ ਤੱਕ, ਬੱਚੇ ਬੱਚੇ ਨੂੰ ਪਤਾ ਵੀ ਇਹ ਪ੍ਰੋਟੈਸਟ ਕਿਸ ਵਾਸਤੇ ਹੋ ਰਿਹਾ। ਸਾਡਾ ਅਪਰੋਕਸੀਮੇਟਲੀ 50 ਪੀਪਲ ਹੈ। ਮੇਰਾ ਕਰਮਜੀਤ ਸਿੰਘ ਬਾਠ। ਸਰ ਇਹ ਜਿਵੇਂ ਕਿ ਮੇਰੇ ਭਰਾ ਪਕਰਮ ਬਾਠ ਨੇ ਦੱਸਿਆ ਵੀ ਅਸੀਂ ਕੱਲ੍ਹ ਸਿੰਘੂ ਬਾਰਡਰ ਤੋਂ ਸਰਹੰਦ ਤੋਂ ਚੱਲੇ ਸੀ, ਸਿੰਘੂ ਬਾਰਡਰ ਨੂੰ ਅਸੀਂ ਰਵਾਨਗੀ ਪਾਈ ਹੈ। ਸਾਡਾ ਮੋਟੋ ਇਹੀ ਹੈ, ਰਸਤੇ ਜਾਂਦੇ ਹੋਏ ਸਭ ਨੂੰ ਨਾਲ ਜੋੜਦੇ ਜਾਣਾ, ਜਿਹੜਾ ਇਹ ਸੰਘਰਸ਼ ਹੈ ਇਹਦੀ ਜਿਹੜੀ ਅੱਗ ਹੈ ਉਹ ਬਲਦੀ ਰਹਿਣੀ ਚਾਹੀਦੀ ਹੈ। ਅਸੀਂ ਅੱਜ ਆਪਣਾ ਇੱਕ ਬੂਟਾ ਲੈ ਕੇ ਜਾ ਰਹੇ ਹਾਂ, ਸਾਡੀ ਟੌਰਚ ਆਫ ਯੂਨਿਟੀ ਜਿਹਨੂੰ ਅਸੀਂ ਇਨਾਮ ਦਿੱਤਾ, ਇਹ ਅਸੀਂ ਲੈ ਕੇ ਜਾ ਰਹੇ ਹਾਂ। ਅਸੀਂ ਕੱਲ੍ਹ ਇਹਨੂੰ ਚੱਕ ਕੇ ਭੱਜ ਰਹੇ ਸੀ, ਅੱਜ ਅਸੀਂ ਇਹਨੂੰ ਸਾਈਕਲ 'ਤੇ ਲਾਇਆ, ਇਹ ਅਸੀਂ ਬੂਟਾ ਉੱਥੇ ਲਾਉਣ ਜਾ ਰਹੇ ਹਾਂ। ਇਹ ਟੌਰਚ ਆਫ ਯੂਨਿਟੀ ਹੈ ਜਿਹਦੇ ਵਿੱਚ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਕਿਸਾਨ ਭਾਈ ਇਕੱਲੇ ਨਹੀਂ ਹੈਗੇ, ਅਸੀਂ ਜਿਹੜੇ ਬਾਹਰੋਂ ਵੀ ਆ ਰਹੇ ਹਾਂ ਜਾਂ ਇੱਥੋਂ ਵੀ ਜੁੜ ਰਹੇ ਹਾਂ, ਅਸੀਂ ਉਹਨਾਂ ਦੇ ਨਾਲ ਹਾਂ ਅਤੇ ਇਹ ਅੱਗ ਬਲਦੀ ਰਹਿਣੀ ਚਾਹੀਦੀ ਹੈ। ਯੂਥ ਕਾਫੀ ਸਮਰਥਨ ਦੇ ਰਿਹਾ ਹੈ ਤੁਹਾਡੇ ਨਾਲ ਵੀ ਸਾਈਕਲ ਯਾਤਰਾ, ਯੂਥ ਕੀ ਕਹਿਣਾ ਚਾਹੁੰਦੇ? ਸਰ ਯੂਥ ਆਪਣੀ ਹੋਂਦ ਲਈ ਲੜ ਰਿਹਾ। ਯੂਥ ਨੂੰ ਪਤਾ ਕਿ ਜੇ ਸਾਡੀਆਂ ਜ਼ਮੀਨਾਂ ਹੀ ਖੋਲੀਆਂ, ਸਾਡਾ ਸਾਰਾ ਸਰਕਲ ਹੀ ਇਸ ਤੋਂ ਚੱਲਦਾ, ਸਾਡਾ ਸਾਰਾ ਇਕੋਨਮੀ ਸਿਸਟਮ ਇੱਥੋਂ ਚੱਲਦਾ। ਵਾਈ ਡੂ ਯੂ ਥਿੰਕ ਕਿ ਕਾਰਪੋਰੇਟਸ ਆਰ ਟਾਰਗੇਟਿੰਗ ਦੀਜ਼ ਲੈਂਡਸ ਨਾਓ? ਇਹ ਲਾਅ ਸਿੰਪਲ ਨੇ, ਅੱਜ ਤੁਸੀਂ ਕਿਸੇ ਨੂੰ ਟੋਫੀ 'ਤੇ ਲਾ ਦਿਓ, ਬਾਅਦ 'ਚ ਉਹਦੀ ਜ਼ਮੀਨ ਉਹ ਤੋਂ ਲੈ ਲਓ, ਟੋਫੀ ਫੇਰ ਉਹਨੂੰ ਦੇ ਦਿਓ, ਬਸ ਸਿੰਪਲ ਜਿਹੀ ਗੱਲ ਹੈ ਜੀ। ਕੀ ਲੱਗਦਾ ਹੈ ਭਾਜੀ, ਸਰਕਾਰ ਕਾਫੀ ਮੰਨੇਗੀ, ਸਰਕਾਰ ਕੀਤਾ ਜਾਏ? ਦੇਖੋ ਜੀ, ਮੰਨੇ ਨਾ ਮੰਨੇ, ਅਸੀਂ ਤਾਂ ਆਪਦਾ ਅੰਦੋਲਨ ਜਾਰੀ ਰੱਖਣਾ, ਜਦੋਂ ਤੱਕ ਨਹੀਂ ਮੰਨੇਗੀ ਅਸੀਂ ਬੈਠੇ ਹਾਂ, ਜਦੋਂ ਮੰਨ ਗਈ ਅਸੀਂ ਉੱਠ ਜਾਵਾਂਗੇ, ਸਾਡਾ ਤਾਂ ਇਹੀ ਕੰਮ ਚੱਲਣਾ। ਕੀ ਨਾਮ ਹੈ ਭਾਜੀ? ਮੇਰਾ ਨਾਮ ਵਿੱਕੀ ਮਾਨ ਹੈ ਜੀ। ਅਸੀਂ ਚੱਲੇ ਸੀਗੇ ਸਰਹੰਦ ਤੋਂ, ਸਿੰਘੂ ਚੱਲੇ ਹਾਂ, ਸਾਰੇ ਵਰਗ ਦੇ ਲੋਕ ਇਸ ਵਿੱਚ ਸ਼ਾਮਿਲ ਨੇ, ਬੱਚਿਆਂ ਤੋਂ ਲੈ ਕੇ ਬਜ਼ੁਰਗ, ਕੋਈ ਪ੍ਰਾਈਵੇਟ ਜੋਬ ਵਾਲਾ, ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ, ਸਾਰੇ ਪਾਸਿਓਂ ਇਕੱਠੇ ਹੋ ਕੇ ਇੱਕ ਆਵਾਜ਼, ਇੱਕ ਜਜ਼ਬਾ ਚੱਲਿਆ ਦਿੱਲੀ ਨੂੰ, ਕਿਉਂਕਿ ਇਹ ਹੁਣ ਫਾਰਮਰਸ ਦਾ ਪ੍ਰੋਟੈਸਟ ਨਹੀਂ ਰਿਹਾ, ਇਹ ਜਨ ਅੰਦੋਲਨ ਬਣ ਚੁੱਕਾ, ਇੱਕ ਜਨ ਲਹਿਰ ਹੈ। ਮੈਂ ਅਸੀਂ ਇਹਨੂੰ ਇੱਕ ਦੂਜੀ ਆਜ਼ਾਦੀ ਦੀ ਲਹਿਰ ਕਹਿ ਸਕਦੇ ਹਾਂ।
जिदे नॉन कारपोरेशन भी चाहिए है अडानी अंबानिया के प्रोडक्ट्स नू बायकॉट किया होया इस आजादी की मूवमेंट नॉन कारपोरेशन भी है ये असी सबर नू जबर नू सबर दे नाल लड़ना है ये असी कल चले सीगे ते कल पहुंच जांगे असी कृषि कानूनों नू ये कहना चाहते हैं सब नू पता है बच्चे बच्चा जिहड़ा पढ़िया लिखा जिहड़ा नहीं भी पढ़िया लिखा उन्हूं भी समझा दो ताकि समझ आ जाती है कि कारपोरेट घराने का कढ़िया होया खलौना जिहड़ा वह पूरे देश से चलाना चाहते ने जालमाना तरीके कानूनों के रूप में हर वर्ग जुड़ रहे भाजी किसान अंदोलन असं यही वेखते हैं ता ही असं कहने कि किसानों तो यह लहर शुरू हुई सी ये लहर इन्नी देश फैल गई कि इन्हें जन अंदोलन का रूप जाहिर करके एक दूजी आजादी की लड़ाई का नाम दे दिता इनू ता ही असं कहने लोंग लिव द रेवोल्यूशन डाउन विद कारपोरेट इंपीरियलिज्म। मेरा नाम इशप्रीत शेरगिल मैं चंडीगढ़ों मैं प्राइवेट जॉब करदा असी अपने एन आर आई भाई आए ने असी सारे ने इकट्ठे होकर आ ऑर्गेनाइज़ किया जिहड़ा घर च रह के सोचता असी किदा जाइए उत्थे कोई साड़ी बाँह फड़े असी कल्ले किवें जाइए वह साढ़े जत्थे शामिल होए ने ते अपनी अपना जिहड़ा उन्हां दा पार्ट है उह निभाउणगे उत्थे जाके ते यही मैं कहना चाहूँगा इनकलाब जिंदाबाद। ब्रेकिंग न्यूज रास बसेरा आपके लिए लेकर आए हैं खास मौका वो भी हरियाणा सरकार की अफोर्डेबल हाउसिंग योजना के साथ जिसके तहत आपको मिलेगी 6 लाख रुपए तक की सुविधाओं के रूप में सब्सिडी जैसे कि फ्री पार्किंग ईडीसी आईडीसी फ्री क्लब चार्जेस फ्री और मेंटेनेंस फ्री और कोई हिडन चार्जेस भी नहीं तो आज ही बिना देर किए अपने सपनों का घर बुक